ਸੁਰਿੰਦਰ ਕੌਰ ਸੈਣੀ ਦਾ ਨਾਵਲ ਡਾਰੋਂ ਵਿਛੜੀ ਕੁੰਜ ਕਾંડ 5 ਅੱਜ ਫੇਰ ਹਸਪਤਾਲ ਜਾ ਕੇ ਨਿੰਮੂ ਨੂੰ ਵੇਖਾਈ ਸਾਂ ਉਹਦੀ ਹਾਲਤ 'ਚ ਕੋਈ ਸੁਧਾਰ ਨਹੀਂ ਆ ਰਿਹਾ ਸੀ ਡਾਕਟਰ ਕਹਿ ਰਹੇ ਸੀ ਕਿ ਉਹ ਪਹਿਲਾਂ ਨਾਲੋਂ ਕੁਝ ਬਿਹਤਰ ਹੈ ਸ਼ਾਇਦ ਸਾਡੀਆਂ ਗੱਲਾਂ ਸੁਣ ਸਕਦੀ ਹੈ ਪਰ ਨੀਂਬੇਹੋਸ਼ੀ 'ਚ ਹੈ ਸਦਮੇ ਦਾ ਜ਼ਿਆਦਾ ਅਸਰ ਹੈ ਹੌਲੀ-ਹੌਲੀ ਠੀਕ ਹੋ ਜਾਏਗੀ ਮੈਨੂੰ ਡਾਕਟਰ ਦੀ ਗੱਲ ਤੇ ਵਿਸ਼ਵਾਸ ਹੋ ਰਿਹਾ ਸੀ ਤੇ ਰੋਜ਼ ਹੀ ਨਿੰਮੂ ਨੂੰ ਠੀਕ ਕਰਨ ਲਈ ਜ਼ੋਰ ਪਾਉਂਦੀ ਸਾਂ ਪਤਾ ਨਹੀਂ ਅਜੇ ਕਿੰਨਾ ਹੋਰ ਸਮਾਂ ਲੱਗੇਗਾ ਅੱਜ ਰਾਤ ਨੂੰ ਨਿੰਮੋਂ ਦੀ ਦੂਜੀ ਕਾਪੀ ਖੋਲ੍ਹ ਲਈ ਸੀ ਬਹੁਤ ਦਿਲਚਸਪ ਕਹਾਣੀ ਸੀ ਅੱਗੋਂ ਪੜ੍ਹਦੀ ਹਾਂ ਹੁਣ ਮੇਰੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਹੋ ਗਿਆ ਸੀ ਹਰਜੋਤ ਨਾਲ ਦੁਨੀਆਦਾਰੀ ਨਿਭਾ ਰਹੀ ਸਾਂ ਕੋਸ਼ਿਸ਼ ਕਰਦੀ ਸਾਂ ਹਰਜੋਤ ਨੂੰ ਆਪਣੇ ਦਿਲ 'ਚ ਜਗ੍ਹਾ ਦੇਵਾਂ ਪਿਆਰ ਕਰਨ ਵਾਲੀ ਇਹ ਸੋਨ ਚਿੜੀ ਹੁਣ ਹਰਜੋਤ ਦੇ पिਂਜਰੇ 'ਚ ਕੈਦ ਹੋ ਗਈ ਸੀ ਕਿੰਨੀ ਬੇਵਸਤ ਤੇ ਲਾਚਾਰ ਸੀ ਮੇਰੇ ਦਿਲ ਦੇ ਜ਼ਖਮ ਰਿਸ਼ਤੇ ਸਨ ਕਰਮਰਮ ਲਾਉਣ ਵਾਲਾ ਕੋਈ ਨਹੀਂ ਸੀ ਨਵਾਂ ਰਾਹ ਨਵੇਂ ਬੂਹੇ ਖੁੱਲ ਗਏ ਸਭ ਪਹਿਲਾ ਮਾਂ ਦਾ ਵਿੜਾ ਛੱਡਿਆ ਜਿੱਥੇ ਮਾਂ ਦੀਆਂ ਲੋਰੀਆਂ ਸੁਣੀਆਂ ਸੀ ਫਿਰ ਮਾਮੇ ਦਾ ਵਿੜਾ ਛੱਡਿਆ ਜਿੱਥੇ ਜ਼ਿੰਦਗੀ ਦੀ ਸਮਝ ਆਈ ਸੀ ਫਿਰ ਸਹਰਾ ਘਰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਈ ਸੀ ਜਿੱਥੇ ਇੱਜ਼ਤ ਦੀ ਚੁੰਨੀ ਸਿਰ ਤੇ ਲੈ ਕੇ ਆਈ ਸਾਂ ਡਾਰੋਂ ਵਿਛੜੀ ਕੂੰਜ ਵਾਂਗ ਫੜਫੜਾ ਰਹੀ ਸਾਂ ਲੱਜ ਜਿਡੇ ਲੰਮੇ ਵਾਲ ਮਿਰਗ ਵਰਗੀਆਂ ਅੱਖਾਂ ਸਰੋਂ ਦੀ ਗੰਦਲ ਵਰਗਾ ਲੰਮ ਲੰਮ ਸਲਮਾ ਕਦ ਰੱਬ ਦੀਆਂ ਸੋਗਾਤਾਂ ਸਨ ਪਰ ਕਦੇ ਸ਼ੀਸ਼ੇ ਅੱਗੇ ਖਲੋ ਕੇ ਨਹੀਂ ਵੇਖਿਆ ਸੀ ਸ਼ਰਮ ਤੇ ਹયાਤ ਦੇ ਕਫਨ ਚ ਲਿਪਟੀ ਲਾਸ਼ਾਂ ਮਾਂ ਦੀ ਛਾਂ ਕਿਸਮਤ ਚ ਨਹੀਂ ਸੀ ਬਾਪੂ ਮਜਬੂਰ ਸੀ ਸੋਚਾਂ ਦੇ ਸਮੁੰਦਰ ਚ ਗਵਾਚ ਜਾਂਦੀਆਂ ਮਨ ਚ ਸੋਚਦੀਆਂ ਕਦੇ ਇਸ ਜ਼ਿੰਦਗੀ ਚ ਮੇਰਾ ਪਿਆਰ ਮੈਨੂੰ ਮਿਲੇਗਾ ਤਾਂ ਨਹੀਂ ਇੱਥੇ ਆ ਕੇ ਹੁਣ ਸਾਰਾ ਦਿਨ ਵੇਲੀ ਰਹਿੰਦੀ ਸੀ ਥੋੜੇ ਦਿਨ ਤਾਂ ਹਰਜੋਤ ਮੈਨੂੰ ਬਾਹਰ ਘੁਮਾ ਫਰਾ ਲਿਆਇਆ ਸੀ ਹੁਣ ਹਰਜੋਤ ਸਾਰਾ ਦਿਨ ਬਾਹਰ ਰਹਿੰਦਾ ਸੀ ਕਾਫੀ ਰਾਤ ਨੂੰ ਘਰ ਮੁੜਦਾ ਸੀ ਉਹ ਵੀ ਸ਼ਰਾਬ ਪੀਤੀ ਹੁੰਦੀ ਸੀ ਹਰਜੋਤ ਹੁਣ ਮੇਰੇ ਨਾਲ ਖੁੱਲ ਕੇ ਗੱਲ ਨਹੀਂ ਕਰਦਾ ਸੀ ਉਹ ਬਦਲਿਆ ਬਦਲਿਆ ਲੱਗਦਾ ਸੀ ਖੈਰ ਇੱਕ ਮਹੀਨਾ ਲੰਘ ਗਿਆ ਸੀ ਕਦੇ-ਕਦੇ ਹਰਜੋਤ ਨਾਲ ਇੱਕ ਕੁੜੀ ਸੰਗੀਤਾ ਵੀ ਘਰ ਆ ਜਾਂਦੀ ਸੀ ਉਸ ਨਾਲ ਹਰਜੋਤ ਬਹੁਤ ਖਾਸ-ਖਾਸ ਕੇ ਗੱਲਾਂ ਕਰਦਾ ਸੀ ਮੈਨੂੰ ਥੋੜਾ-ਥੋੜਾ ਸ਼ੱਕ ਹੋਣ ਲੱਗ ਪਿਆ ਸੀ ਇੱਥੇ ਵਾਲੇ ਦੁਆਲੇ ਕੋਈ ਗਵਾਂਢੀ ਇੱਕ ਦੂਜੇ ਨਾਲ ਗੱਲ ਨਹੀਂ ਕਰਦਾ ਸੀ ਸਭ ਦਿਨ ਰਾਤ ਆਪਣੇ ਕੰਮਾਂ 'ਚ ਭੱਜੇ ਰਹਿੰਦੇ ਸੀ ਮੇਰੇ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਸੀ ਮੈਂ ਹਰਜੋਤ ਨੂੰ ਕਿਹਾ ਕਿ ਸਾਰਾ ਦਿਨ ਮੇਰੇ ਘਰ ਮੇਰਾ ਜੀ ਨਹੀਂ ਲੱਗਦਾ ਮੈਨੂੰ ਵੀ ਕਿਸੇ ਕੰਮ ਤੇ ਲਵਾ ਦੇ ਇਸ ਗੱਲ ਤੋਂ ਉਹ ਮੇਰੇ ਨਾਲ ਨਾਰਾਜ਼ ਹੋ ਗਿਆ ਤੇ ਕਹਿੰਦਾ ਦੁਬਾਰਾ ਇਹ ਗੱਲ ਨਾ ਕਹੀਂ। ਇੱਕ ਦਿਨ ਮੈਂ ਅਲਮਾਰੀ ਝਰਜੋਦੇ ਕੱਪੜੇ ਪ੍ਰੈਸ ਕਰਕੇ ਰੱਖ ਰਹੀ ਸਾਂ ਵੇਖਦੀਆਂ ਕਿਸੇ ਕੁੜੀ ਦੇ ਕੱਪੜੇ ਵੀ ਉੱਥੇ ਟੰਗੇ ਹੋਏ ਸਨ। ਸ਼ਾਇਦ ਮੇਰੇ ਤੋਂ ਪਹਿਲਾਂ ਕੋਈ ਕੁੜੀ ਇੱਥੇ ਰਹਿੰਦੀ ਹੋਵੇ। ਮੇਰਾ ਧਿਆਨ ਸੰਗੀਤਾ ਵੱਲ ਜਾ ਰਿਹਾ ਸੀ। ਆਪਣੇ ਦਿਲ ਦੀ ਗੱਲ ਕਿਸ ਨਾਲ ਕਰਾਂ ਸਮਝ ਨਹੀਂ ਆ ਰਹੀ ਸੀ। ਗਿਲਾ ਸ਼ਿਕਵਾ ਕਰਨ ਤੋਂ ਆਪਣੇ ਆਪ ਨੂੰ ਡੱਕ ਰਹੀ ਸੀ। ਮਹਿਰਜੋਤ ਅੱਗੇ ਜ਼ੁਬਾਨ ਨਹੀਂ ਖੋਲਾਂਗੀ ਆਪਣੇ ਅੰਦਰ ਦੀਆਂ ਚੀਕਾਂ ਵੈਣ ਤੇ ਆਹ ਅੰਦਰ ਹੀ ਘੁੱਟ ਲਵਾਂਗੀ ਥੋੜੇ ਦਿਨਾਂ ਬਾਅਦ ਹਰਜੋਤ ਦਾ ਇੱਕ ਦੋਸਤ ਹਰਨੇਕ ਸਿੰਘ ਆਪਣੀ ਪਤਨੀ ਕੁਲਜੀਤ ਕਰਨਲ ਸਾਡੇ ਘਰ ਆਇਆ ਉਹ ਮੈਨੂੰ ਮਿਲਣ ਆਏ ਸਨ ਹਰਜੋਤ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਸੀ ਹਰਨੇਕ ਭਾਜੀ ਨੇ ਦੱਸਿਆ ਕਿ ਉਹ ਮੇਰੇ ਪਿੰਡ ਦੇ ਨੇੜੇ ਦਾ ਹੈ ਹਰਜੋਤ ਦਾ ਬਹੁਤ ਪੁਰਾਣਾ ਦੋਸਤ ਹੈ ਬਹੁਤ ਖੁੱਲੀਆਂ ਗੱਲਾਂ ਕਰ ਰਿਹਾ ਸੀ ਮੈਨੂੰ ਭਾਬੀ ਜੀ ਕਹਿ ਰਿਹਾ ਸੀ ਦੋਨਾਂ ਨੇ ਅਮਰ ਸਖੇਆ ਸੀ ਤੇ ਹਰਨੇਕ ਭਾਜੀ ਨੇ ਬੜੇ ਪਿਆਰ ਨਾਲ ਮੈਨੂੰ ਕਿਹਾ ਭਾਬੀ ਜੀ ਤੁਸੀਂ ਖੁਸ਼ ਰਹਾ ਕਰੋ ਜੇ ਹਰਜੋਤ ਤੰਗ ਕਰੇ ਤਾਂ ਮੇਰੇ ਕੋਲ ਸ਼ਿਕਾਇਤ ਕਰ ਦੇਣਾ ਮੈਂ ਇਹਦੇ ਕੰਨ ਖਿੱਚਾਂਗਾ ਫਿਰ ਸਾਰੇ ਹੱਸ ਪਏ ਸਨ ਮੈਂ ਰਸੋਈ ਤੇ ਚਾਹ ਬਣਾਉਣ ਗਈ ਤਾਂ ਕੁਲਜੀਤ ਭਾਬੀ ਵੀ ਮੇਰੇ ਨਾਲ ਆ ਗਈ ਕਹਿੰਦੀ ਨਿੰਮੋ ਭੈਣ ਮੈਂ ਲਿਆਉਣੀ ਆ ਚਾਹ ਬਣਾ ਕੇ ਮੈਂ ਸ਼ੁਕਰ ਕੀਤਾ ਸੀ ਕੋਈ ਤਾਂ ਹੈ ਜੋ ਮੇਰੇ ਨਾਲ ਹਮਦਰਦੀ ਕਰ ਰਿਹਾ ਹੈ ਜਿਸ ਦਿਨ ਦੀ ਕੈਨੇਡਾ ਆਇਆ ਸੰ ਘਰ ਤੋਂ ਬਾਹਰ ਕਿਸੇ ਨੂੰ ਨਹੀਂ ਮਿਲੀ ਸੀ ਸਾਰਾ ਦਿਨ ਅੰਦਰ ਹੀ ਕੰਮ ਕਰਦੀ ਰਹਿੰਦੀ ਹਰਨੇਕ ਭਾਜੀ ਨੂੰ ਸ਼ਾਇਦ ਹਰਜੋਤ ਬਾਰੇ ਸਭ ਕੁਝ ਪਤਾ ਸੀ ਤਾਂ ਹੀ ਮੈਨੂੰ ਬਾਰ-ਬਾਰ ਕਹਿ ਰਹੇ ਸੀ ਭਾਬੀ ਜੀ ਆਪਣਾ ਖਿਆਲ ਰੱਖਣਾ ਕੋਈ ਫਿਕਰ ਨਾ ਕਰਨਾ ਮੈਂ ਤੁਹਾਡੇ ਨਾਲ ਮੈਨੂੰ ਕੁਝ ਹੌਸਲਾ ਹੋ ਗਿਆ ਤੇ ਆਪਣੇ ਦਿਲ ਦੀ ਗੱਲ ਭਾਜੀ ਨਾਲ ਕਰ ਸਕਾਂਗੀ ਜਾਂਦੇ ਹੋਏ ਭਾਜੀ ਆਪਣਾ ਫੋਨ ਨੰਬਰ ਵੀ ਮੈਨੂੰ ਦੇ ਗਏ ਕਈ ਦਿਨਾਂ ਤੋਂ ਵੇਖ ਰਹੀ ਸੀ ਹਰਜੋਤ ਰਾਤ ਨੂੰ ਬਹੁਤ देर ਨਾਲ ਆਉਂਦਾ ਆਉਂਦਾ ਹੀ ਰੋਟੀ ਖਾਦੇ ਬਿਨਾਂ ਸੌਂ ਜਾਂਦਾ ਤੇ ਕੋਈ ਗੱਲ ਨਹੀਂ ਕਰਦਾ ਸੀ ਸ਼ਰਾਬ ਵੀ ਹੁਣ ਰੱਜ ਕੇ ਪੀ ਕੇ ਆਉਂਦਾ ਸੀ ਮੈਂ ਇੱਕ ਦਿਨ ਕਹਿ ਦਿੱਤਾ ਸੀ ਵੀ ਜਲਦੀ ਆ ਜਾਇਆ ਕਰੋ ਸ਼ਰਾਬ ਨਾ ਪੀਆ ਕਰੋ ਤਾਂ ਉਲਟਾ ਮੇਰੇ ਨਾਲ ਲੜ ਪਿਆ ਕਹਿੰਦਾ ਤੂੰ ਘਰ ਦੇ ਕੰਮਾਂ ਵੱਲ ਧਿਆਨ ਦਿਆ ਕਰ ਮੇਰਾ ਫਿਕਰ ਨਾ ਕਰਿਆ ਕਰ ਸਾਰਾ ਦਿਨ ਕੰਮ ਕਰਕੇ ਥੱਕ ਜਾਣਾ ਸ਼ਰਾਬ ਪੀ ਕੇ ਜ਼ਰਾ ਥਕਾਵਟ ਦੂਰ ਕਰ ਲੈਣਾ ਤੇ ਇਸ ਵਿੱਚ ਬੁਰਾ ਕੀ ਹੈ ਤਾਂ ਤੂੰ ਰੋਟੀ ਖਾ ਕੇ ਛੇਤੀ ਸੌਂ ਜਾਇਆ ਕਰ ਮੇਰੀ ਉਡੀਕ ਨਾ ਕਰਿਆ ਕਰ ਮੈਂ ਹਰਜੋਤ ਦੇ ਚਿਹਰੇ 'ਚ ਉਹ ਆਪਣੇ ਸਰਤਾਜ ਦਾ ਚਿਹਰਾ ਲੱਭ ਰਹੀ ਸੀ ਤੁਹਾਾਂ 'ਚ ਜ਼ਮੀਨ ਅਸਮਾਨ ਦਾ ਫਰਕ ਸੀ ਜੇ ਸਰਤਾਜ ਅੱਜ ਮੇਰੇ ਕੋਲ ਹੁੰਦਾ ਤਾਂ ਉਹਨੇ ਹੱਥੀ ਛਾਵਾ ਕਰਨੀਆਂ ਸੀ ਪਤਾ ਨਹੀਂ ਰੱਬ ਨੇ ਮੈਨੂੰ ਕਿਉਂ ਇੰਨੇ ਦੁੱਖ ਦਿੱਤੇ ਸੀ ਹਰਜੋਤ ਦਾ ਅਸਲੀ ਚਿਹਰਾ ਹੌਲੀ-ਹੌਲੀ ਮੇਰੇ ਸਾਹਮਣੇ ਆ ਰਿਹਾ ਸੀ ਮੈਂ ਹਰਜੋਤ ਨੂੰ ਕਈ ਵਾਰ ਕਿਹਾ ਸੀ ਕਿ ਮੇਰੇ ਮੇਰੇ ਪਿਤਾ ਜੀ ਨਾਲ ਗੱਲ ਕਰਵਾ ਦੇ ਪਰ ਹਰਜੋਤ ਟਾਲ ਦਿੰਦਾ ਸੀ ਕਹਿ ਦਿੰਦਾ ਸੀ ਮੈਂ ਫੋਨ ਕੀਤਾ ਸੀ ਉਹ ਸਭ ਰਾਜੀ ਖੁਸ਼ੀ ਹੈ ਤੇਰਾ ਵੀ ਦੱਸ ਦਿੱਤਾ ਸੀ ਕਿ ਇੱਥੇ ਬਹੁਤ ਖੁਸ਼ ਹੈ ਮੈਨੂੰ ਉਹ ਫੋਨ ਕਰਨ ਤੋਂ ਵਰਜਦਾ ਸੀ ਮੈਂ ਸੋਚਣ ਲਈ ਮਜਬੂਰ ਹੋ ਜਾਂਦੀ ਸੀ ਕਿ ਕਿਉਂ ਹਰਜੋਤ ਮੇਰੇ ਨਾਲ ਖੁੱਲ ਕੇ ਗੱਲ ਨਹੀਂ ਕਰਦਾ ਮੈਂ ਤਾਂ ਆਪਣੇ ਵੱਲੋਂ ਉਹਨੂੰ ਪੂਰਾ ਪਿਆਰ ਦਿੰਦੀ ਸੀ ਉਹਦੀ ਹਰ ਜ਼ਰੂਰਤ ਪੂਰੀ ਕਰਦੀ ਸੀ ਤੇ ਮੈਨੂੰ ਹਰਜੋਤ ਦੀ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਕੀ ਕੰਮ ਕਰਦਾ ਜਦੋਂ ਸ਼ਰਾਬੀ ਕੇ ਸੰਗੀਤਾ ਨਾਲ ਆਉਂਦਾ ਸੀ ਤੇ ਮੈਨੂੰ ਉਹ ਬਹੁਤ ਬੁਰਾ ਲੱਗਦਾ ਸੀ ਸੋਚਾਂ ਮੁੱਕਦੀਆਂ ਨਹੀਂ ਸਨ ਘਰ ਦੇ ਸਾਰੇ ਕੰਮ ਕਰਕੇ ਵਿਹਲੀ ਛੇਤੀ ਹੋ ਜਾਂਦੀ ਸੀ ਫਿਰ ਮੈਂ ਪਿਤਾ ਜੀ ਦਾ ਨਾਵਲ ਜਿੰਦੋ ਦੁਬਾਰਾ ਪੜਨਾ ਸ਼ੁਰੂ ਕਰ ਦਿੱਤਾ ਪਿਤਾ ਜੀ ਨੂੰ ਬਹੁਤ ਪਿਆਰ ਕਰਦੀ ਸੀ ਉਹਨਾਂ ਦੇ ਨਾਵਲ ਨੂੰ ਚੁੰਮਦੀ ਸੀ ਅੱਖਾਂ 'ਚੋਂ ਪਾਣੀ ਟਿੱਪ ਟਿੱਪ ਵਗਣ ਲੱਗ ਜਾਂਦਾ ਸੀ ਜੁਦਾਈ ਦਾ ਵਿਰਲਾਪ ਪੜ੍ਹ ਨਹੀਂ ਹੁੰਦਾ ਸੀ ਸੋਚਦੀ ਸੰਕਿ ਮੈਂ ਵੀ ਆਪਣੇ ਪਿਆਰ ਸਰਤਾਜ ਬਾਰੇ ਕੋਈ ਨਾਵਲ ਲਿਖਾਂਗੀ ਜਿਸ 'ਚ ਮੈਂ ਤੇ ਸਰਤਾਜ ਹੋਵਾਂਗੀ ਜ਼ਿੰਦਗੀ ਦਾ ਰਸ ਹੋਏਗਾ ਪਿਤਾ ਜੀ ਨੇ ਤਾਂ ਜਿੰਦੂ ਨਾਲ ਵਿਆਹ ਕਰਾਇਆ ਸੀ ਉਹਨਾਂ ਕੋਲ ਤਾਂ ਬਹੁਤ ਸਾਰੇ ਬਿਤਾਏ ਸੁੰਦਰ ਪਲਾਂ ਦਾ ਭੰਡਾਰ ਸੀ ਖੁਸ਼ੀਆਂ ਭਰੇ ਦਿਨ ਸਨ ਪਰ ਮੈਂ ਬਦਕਿਸਮਤ ਕੋਲ ਤਾਂ ਕੁਝ ਵੀ ਨਹੀਂ ਸੀ ਮੈਂ ਕੀ ਲਿਖਾਂਗੀ ਨਾਵਲ ਡਾਰੋਂ ਵਿਛੜੀ ਕੂੰਜ ਜਿਹਦੇ ਖੰਭ ਰੱਬ ਨੇ ਬਚਪਨ ਚ ਹੀ ਕੁੱਤਰ ਦਿੱਤੇ ਸ ਕੁਝ ਪਲਾਂ ਦਾ ਹੀ ਤਾਂ ਸਾਥ ਸੀ ਸਰਤਾਜ ਨਾਲ ਕਾਲਜ ਦੇ ਉਹ ਦਿਨ ਅਜੇ ਤੱਕ ਨਹੀਂ ਭੁੱਲੇ ਸਨ ਯਾਦ ਹੈ ਜਦੋਂ ਇੱਕ ਵਾਰ ਕਾਲਜ ਵੱਲੋਂ ਸਾਡਾ ਟੂਰ ਡਲ ਹੋ ਜੀ ਗਿਆ ਸੀ ਮੈਂ ਜਾਣ ਲਈ ਮਨਾ ਕਰ ਰਹੀ ਸੀ ਕਿਉਂਕਿ ਮਾਮੇ-ਮਾਮੀ ਤੋਂ ਇਜਾਜ਼ਤ ਲੈਣੀ ਪੈਣੀ ਸੀ ਤੇ ਮੈਂ ਕਦੇ ਵੀ ਮਾਮੇ ਦਾ ਫालतੂ ਗੱਲਾਂ ਤੋਂ ਖਰਚ ਨਹੀਂ ਕਰਵਾਉਂਦੀ ਸੀ ਟੂਰ ਲਈ ਪੈਸੇ ਵੀ ਮੰਗਣੇ ਪੈਣੇ ਸੀ ਮੈਂ ਝਿਜਕ ਰਹੀ ਸੀ ਕਿਵੇਂ ਦਿਲ ਖੋਲ ਕੇ ਕਹਾਂ ਕਿ ਮੈਂ ਟੂਰ ਤੇ ਜਾਣਾ ਹੈ ਇੱਥੇ ਕਿਹੜਾ ਮੇਰੀ ਮਾਂ ਜਾਂ ਬਾਪੂ ਜੀ ਜਿਨ੍ਹਾਂ ਨੂੰ ਜ਼ੋਰ ਪਾ ਕੇ ਮਨਾ ਲੈਂਦੀ ਭਾਵੇਂ ਮੇਰੇ ਮਾਮਾ ਮਾਮੀ ਬਹੁਤ ਚੰਗੇ ਸਨ ਪਰ ਮੇਰੇ ਹੀ ਹੌਸਲਾ ਜਿਆ ਨਹੀਂ ਹੁੰਦਾ ਸਰਤਾਜ ਕਹਿੰਦਾ ਕਿ ਜੇ ਤੂੰ ਨਹੀਂ ਜਾਣਾ ਤਾਂ ਮੈਂ ਵੀ ਨਹੀਂ ਜਾਵਾਂਗਾ ਸਰਤਾਜ ਦਾ ਦਿਲ ਨਹੀਂ ਤੋੜਨਾ ਚਾਹੁੰਦੀ ਸੀ ਹਿੰਮਤ ਕਰਕੇ ਮਾਮੇ ਨੂੰ ਕਹਿਤਾ ਮਾਮਾ ਰਾਜੀ ਹੋ ਗਿਆ ਸੀ ਸਰਤਾਜ ਵੀ ਹੁਣ ਬਹੁਤ ਖੁਸ਼ ਸੀ ਬਸ ਇਹੀ ਯਾਦਾਂ ਦਾ ਸਰਮਾਇਆ ਮੇਰੇ ਪੱਲੇ ਸੀ ਜੋ ਮੈਨੂੰ ਰੋਂਦੀ ਨੂੰ ਹਸਾ ਦਿੰਦਾ ਸੀ ਅਸੀਂ ਟੂਰ ਤੇ ਚਲੀ ਗਏ ਕਾਲਜ ਦੀਆਂ ਦੋ ਬੱਸਾਂ ਗਈਆਂ ਪੰਜ ਛੇ ਸਾਡੇ ਪ੍ਰੋਫੈਸਰ ਸੀ ਲੰਗਰੀ ਸੀ ਸਾਰੇ ਰਸਤੇ ਅਸੀਂ ਖਾਪ ਪਾਉਂਦੇ ਗਏ ਮੈਂ ਤੇ ਸਰਤਾਜ ਨਾਲ ਨਾਲ ਹੀ ਰਹਿੰਦੇ ਸੀ ਸਾਰੇ ਸਾਡੇ ਪ੍ਰੋਫੈਸਰ ਵੀ ਬਹੁਤ ਖੁੱਲੇ ਸੁਭਾਅ ਵਾਲੇ ਹਾਸੇ ਮਜ਼ਾਕ ਵਾਲੇ ਸਨ ਸਾਡੀ ਇੱਕ ਮੈਡਮ ਨਰਿੰਦਰ ਕੌਰ ਸੀ ਜਿਨੇ ਵਿਆਹ ਨਹੀਂ ਕਰਾਇਆ ਸੀ ਤੇ ਇੱਕ ਪ੍ਰੋਫੈਸਰ ਜਗਜੀਤ ਸਿੰਘ ਸੀ ਇਹਨਾਂ ਦੋਹਾਂ ਦੀ ਆਪਸ 'ਚ ਬਹੁਤ ਬੰਦੀ ਸੀ ਤੇ ਅਸੀਂ ਕੁੜੀਆਂ ਮੁੰਡੇ ਉਹਨਾਂ ਤੇ ਬਹੁਤ ਜੋਕ ਬਣਾਉਂਦੇ ਸੀ ਬਹੁਤ ਹੀ ਖੁਸ਼ੀ ਭਰਿਆ ਮਾਹੌਲ ਹੁੰਦਾ ਸੀ ਜਦੋਂ ਪਹਾੜੀਆਂ ਦੇ ਘੁੰਮਣ ਲਈ ਜਾਂਦੇ ਸਾਂ ਤਾਂ ਸਾਰੇ ਬੱਚੇ ਆਪਣੇ ਆਪਣੇ ਦੋਸਤਾਂ ਨਾਲ ਅਲੱਗ-ਅਲੱਗ ਹੋ ਜਾਂਦੇ ਸੀ ਤੇ ਮੈਂ ਤੇ ਸਰਤਾਜ ਦੋਵੇਂ ਇਕੱਠੇ ਘੁੰਮਦੇ ਸੀ ਪੰਜ ਪੁਲਾ ਕਾਲਾ ਟੋਪ ਵਗੈਰਾ ਬਹੁਤ ਸੁੰਦਰ ਥਾਵਾਂ ਵੇਖਿਆ ਹਰ ਸੁੰਦਰ ਦ੍ਰਿਸ਼ ਦਾ ਆਨੰਦ ਮਾਣ ਰਹੇ ਸਾਂ ਸਰਤਾਜ ਵੀ ਮਸਤ ਹਵਾਵਾਂ ਵਿੱਚ ਗੀਤ ਗਾਉਣ ਲੱਗ ਜਾਂਦਾ ਸੀ ਮੈਂ ਉਹਦੀਆਂ ਬਾਹਾਂ 'ਚ ਲਿਪਟ ਜਾਂਦੀ ਸੀ ਤੇਰੇ ਲਈ ਸੱਜਣਾ ਵਿੱਚ ਅੰਨ ਤੋੜ ਲਿਆਵਾਂਗਾ ਦਿਲ ਆਪਣਾ ਤੇਰੇ ਕਦਮਾਂ ਵਿੱਚ ਵਿਛਾਵਾਂਗਾ ਉਹਤੀ ਪਿਆਰੀ ਆਵਾਜ਼ 'ਚ ਸਰਤਾਜ ਗਾਉਂਦਾ ਸੀ ਤੇ ਫਿਰ ਮੈਂ ਵੀ ਰੁੱਖੀ ਮਿਸੀ ਜੀ ਆਵਾਜ਼ 'ਚ ਕੁਝ ਲਾਈਨਾਂ गा ਕੇ ਉਹਨੂੰ ਜਵਾਬ ਦੇ ਦਿੰਦੀ ਸੀ ਲਾਈਆਂ ਤੇ ਤੋੜ ਨਿਭਾਵੇਂ ਛੱਡ ਕੇ ਨਾ ਜਾਏਂਗੇ ਬੜੇ ਰੰਗਲੇ ਦਿਨ ਸਨ ਫਿਰ ਮੈਂ ਤੇ ਸਰਤਾਜ ਇੱਕ ਫੋਟੋਗ੍ਰਾਫਰ ਦੀ ਦੁਕਾਨ 'ਚ ਵੜ ਗਏ ਉੱਥੇ ਕਸ਼ਮੀਰੀ ਡਰੈੱਸ ਪਾ ਕੇ ਅਸੀਂ ਦੁਆਨੇ ਇੱਕ ਫੋਟੋ ਖਿੱਚਵਾਈ ਸੀ ਜੋ ਕਿ ਬਹੁਤ ਹੀ ਪਿਆਰੀ ਸੀ ਮੈਨੂੰ ਤੇ ਹੋਸ਼ ਹੀ ਨਹੀਂ ਸੀ ਮੈਂ ਕਿਹੜੇ ਸਵਰਗਾਂ ਦੇ ਝੂਟੇ ਲੈ ਰਹੀ ਸਾਂ ਦੋਖ ਦਿਨਾਂ ਬਾਅਦ ਸਾਰਾ ਕਾਫਲਾ ਬਹੁਤ ਹੀ ਸੁੰਦਰ ਜਗ੍ਹਾ ਖਜ਼ਾਰ ਵਿਖੇ ਤੁਰ ਕੇ ਗਏ ਸੀ ਬਹੁਤ ਦੂਰ ਪਹਾੜੀ ਰਸਤਾ ਸੀ ਖਜ਼ਾਰ ਸਭ ਤੋਂ ਸੁੰਦਰ ਜਗ੍ਹਾ ਸੀ ਕੋਮਲ ਮਖਮਲੀ ਕਾਵळा ਉੱਚਾ ਨੀਵਾ ਮੈਦਾਨ ਸਾਰੇ ਮੁੰਡੇ ਕੁੜੀਆਂ ਉੱਥੇ ਘਾਹ ਤੇ ਲੇਟ ਗਏ ਗਲੂਟਣੀਆਂ ਖਾਣ ਲੱਗੇ ਇੱਕ ਪਾਸੇ ਮੈਂ ਤੇ ਸਰਤਾਜ ਵੀ ਲੇਟ ਗਏ ਸੀ ਸਰਤਾਜ ਗਲੂਟਣੀਆਂ ਖਾਂਦਾ ਥੱਲੇ ਵੱਲ ਜਾ ਰਿਹਾ ਸੀ ਮੈਨੂੰ ਕਹਿੰਦਾ ਨਿੰਮੋ ਆ ਜਾ ਮੇਰੇ ਪਿੱਛੇ ਫਿਰ ਮੈਂ ਵੀ ਉਹਦੀ ਰੀਸ ਕਰਨ ਲੱਗ ਪਈ ਤੇ ਹੱਸਦੇ ਹੱਸਦੇ ਚੀਕਾਂ ਵੀ ਮਾਰ ਰਹੇ ਸਾਂ ਜਗਾ ਬੋਟਲ ਾਂਣ ਵਾਲੀ ਸੀ ਜਿੱਧਰ ਸਰਤਾਜ ਜਾ ਰਿਹਾ ਸੀ ਉਹਦੇ ਪਿੱਛੇ ਪਿੱਛੇ ਮੈਂ ਵੀ ਰਿੜ ਰਹੀ ਸੀ ਸਭ ਤੋਂ ਥੱਲੇ ਜਾ ਕੇ ਜਦੋਂ ਸਰਤਾਜ ਰੁਕਿਆ ਤਾਂ ਮੈਂ ਉਹਦੇ ਉੱਪਰ ਜੱਡ ਗਈ ਸ਼ਰਾਰਤੀ ਨੇ ਮੈਨੂੰ ਆਪਣੀਆਂ ਬਾਹਾਂ 'ਚ ਕੱਸ ਲਿਆ ਸੀ ਮੈਂ ਚਿੱਕਾਂ ਮਾਰ ਰਹੀ ਸੀ ਉਹਨੇ ਮੇਰਾ ਮੂੰਹ ਆਪਣੇ ਹੱਥ ਨਾਲ ਬੰਦ ਕਰ ਦਿੱਤਾ ਕਹਿੰਦਾ ਕਿਉਂ ਰੌਲਾ ਪਾਉਣੀ ਹੈ ਇੱਥੇ ਕੋਈ ਵੀ ਕਿਸੇ ਵੱਲ ਨਹੀਂ ਵੇਖਦਾ ਸਭ ਆਪਣੇ ਆਪਣੇ ਰੰਗਾਂ 'ਚ ਖੇਲ ਰਹੇ ਐ ਸੁਧਾਣੇ ਹੁਣ ਤਾਂ ਆਪਣੇ ਸਰਤਾਜ ਨੂੰ ਜੀ ਭਰ ਕੇ ਪਿਆਰ ਕਰ ਲੈ ਕਾਲਜ 'ਚ ਤਾਂ ਸემი ਸემი ਰਹਿਣੀ ਐ ਕਿੰਨੀ ਦੇਰ ਤੱਕ ਅਸੀਂ ਇੱਕ ਦੂਜੇ ਨਾਲ ਲਿਪਟੇ ਰਹੇ ਕਿਸੇ ਹੋਰ ਜੰਨਤ ਦੇ ਨਜ਼ਾਰੇ ਲੈ ਰਹੇ ਸਾਂ ਪਿਆਰਦਾਰੀ ਨਿਗਾ ਨਿਗਾ ਜਿਹਾ ਅਹਿਸਾਸ ਪਹਿਲੀ ਵਾਰ ਮਹਿਸੂਸ ਕਰ ਰਹੀ ਸਾਂ ਕੁਝ ਪਲਾਂ ਲਈ ਮੈਂ ਆਪਣੇ ਸਰਤਾਜ ਦੀਆਂ ਬਾਹਾਂ 'ਚ ਮਰ ਗਈ ਸਾਂ ਮੈਨੂੰ ਰੱਬ ਮਿਲ ਗਿਆ ਸੀ ਰੱਬ ਨਾਲ ਸ਼ਿਕਵੇ ਸਾਰੇ ਭੁੱਲ ਗਈ ਸਾਂ ਆਪਣੇ ਆਪ ਤੇ ਨਾਜ਼ ਹੋ ਰਿਹਾ ਸੀ ਦੁਨੀਆਂ ਦਾ ਸਭ ਤੋਂ ਸੁੰਦਰ ਹੀਰਾ ਮੇਰੀ ਝੋਲੀ ਪੈ ਗਿਆ ਮੈਂ ਆਪਣੇ ਦਿਲ ਦੇ ਸੁੰਨੇ ਦਵਾਖਿਆਂ 'ਚ ਅਰਮਾਨ ਦੇ ਦੀਵੇ ਬਲ ਰਹੇ ਸਨ ਰੱਬ ਦੀਆਂ ਬੇ ਹਿਸਾਬਿਆਂ ਕੋਈ ਨਹੀਂ ਜਾਣਦਾ ਕੀ ਪਤਾ ਸੀ ਸਰਤਾਜ ਤੋਂ ਦੂਰ ਹੋ ਜਾਵਾਂਗੀ ਜ਼ਿੰਦਗੀ ਚ ਨਿਆਣੀ ਉਮਰ ਹੀ ਵੱਡੀਆਂ-ਵੱਡੀਆਂ ਠੋਕਰਾਂ ਖਾਵਾਂਗੀ ਅਲੜਪੁਣੇ ਦਾ ਪਿਆਰ ਜ਼ਿੰਦਗੀ ਭਰ ਕੁਛੜ ਚੁੱਕੀ ਫਿਰਾਂਗੀ ਲੋਰੀਆਂ ਦੇਵਾਂਗੀ ਸਰਤਾਜ ਨੇ ਮੇਰੇ ਦਿਲ ਚ ਘਰ ਬਣਾ ਲਿਆ ਸੀ ਉਹਨੂੰ ਕੱਢਣਾ ਬਹੁਤ ਮੁਸ਼ਕਿਲ ਹੋ ਰਿਹਾ ਸੀ ਚਾਹੇ ਕੈਨੇਡਾ ਆ ਗਈ ਸੀ ਪਰ ਉਹਦਾ ਪਰਛਾਵਾਂ ਹਮੇਸ਼ਾ ਹੀ ਮੇਰੇ ਨਾਲ ਰਹਿੰਦਾ ਸੀ ਹਾਏ ਓਏ ਰਬਾਈ ਕੀ ਕੀਤਾ ਤੂੰ ਨਿੰਮੋ ਵਿਚਾਰੀ ਨੂੰ ਜੰਨਤ ਦਿਖਾ ਕੇ ਧਰਤੀ ਤੇ ਸੁੱਟ ਦਿੱਤਾ ਉਦੀ ਕਹਾਣੀ ਪੜ੍ਹ ਕੇ ਰੋ ਰਹੀ ਸੀ ਕਿੰਨਾ ਮਜ਼ਾ ਆ ਰਿਹਾ ਸੀ ਉਦੀ ਕਾਲਜ ਦੀ ਜ਼ਿੰਦਗੀ ਪੜ੍ਹ ਕੇ ਰੱਬ ਤੇ ਗੁੱਸਾ ਆ ਰਿਹਾ ਸੀ ਉਹ ਕੁੜੀਆਂ ਨੂੰ ਇੰਨਾ ਦੁਖੀ ਕਿਉਂ ਕਰਦਾ ਹੈ ਮੈਂ ਵੀ ਤਾਂ ਜੀਤ ਨਾਲ ਜੰਨਤ ਵੇਖੀ ਸੀ ਤੇ ਬਾਅਦ ਚ ਰੱਬ ਨੇ ਮੇਰੇ ਸਿਰ ਤੇ ਚਿੱਟੀ ਛੁन्नी ਦੇ ਦਿੱਤੀ ਸੀ ਮੇਰੀ ਜ਼ਿੰਦਗੀ 'ਚ ਵੀ ਸਿਖਰ ਦੁਪਹਿਰੇ ਸ਼ਾਮ ਪੈ ਗਈ ਸੀ ਮੇਰਾ ਖੁਸ਼ੀਆਂ ਦਾ ਤਾਜ ਮਹਿਲ ਟਹਿ ਗਿਆ ਸੀ ਸਾਰਾ ਦਿਨ ਸੋਚਾਂ 'ਚ ਲੰਘ ਜਾਂਦਾ ਸੀ ਕਾਸ਼ ਉਹ ਦਿਨ ਵਾਪਸ ਆ ਜਾਂਦੇ ਜੀਤ ਵਿਆਹ ਤੋਂ 1 ਮਹੀਨੇ ਬਾਅਦ ਹੀ ਮੈਨੂੰ ਆਪਣੇ ਨਾਲ ਲੈ ਗਿਆ ਸੀ ਬਹੁਤ ਵੱਡਾ ਅਲਿਸ਼ਾਨ ਕੁਆਟਰ ਮਿਲਿਆ ਸੀ। ਕਈ ਦਿਨ ਜੀਤ ਦੇ ਦਫ਼ਤਰ ਵਾਲੇ ਤੇ ਦੋਸਤ-ਸਮਿੱਤਰ ਪਾਰਟੀਆਂ ਹੀ ਕਰਦੇ ਰਹੇ ਸਨ। ਇੱਕ ਕਮਰਾ ਮੇਰੀਆਂ ਨਵੀਆਂ-ਨਵੀਆਂ ਡਰੈੱਸਾਂ ਨਾਲ ਹੀ ਭਰਿਆ ਹੋਇਆ ਸੀ। ਹਰ ਪਾਰਟੀ ਤੇ ਨਵੀਂ ਡਰੈੱਸ ਪਾ ਕੇ ਜਾਂਦੀ ਸਾਂ ਤੇ ਜੀਤ ਵੀ ਉਸੇ ਰੰਗ ਦੀ ਪੱਗ ਬੰਨ੍ਹਦਾ ਸੀ। ਜੀਤ ਵੱਡਾ ਅਫਸਰ ਸੀ, ਸਾਰੇ ਕਰਮਚਾਰੀ ਮੈਨੂੰ ਸਲੂਟ ਮਾਰਦੇ ਸੀ। ਜੀਤ ਮੈਨੂੰ ਨਾਲ ਲਾ ਜਾ ਕੇ ਬਹੁਤ ਖੁਸ਼ ਹੁੰਦਾ ਸੀ। ਸਭ ਦੇ ਸਾਹਮਣੇ ਮੇਰੇ ਹੱਥਾਂ 'ਚ ਹੱਥ ਪਾ ਕੇ ਟੁਰਦਾ ਸੀ। ਡਾਰਲਿੰਗ ਕਹਿ ਕੇ ਬੁਲਾਉਂਦਾ ਸੀ। ਮੈਨੂੰ ਆਪਣੇ ਆਪ ਤੇ ਬਹੁਤ ਫਖਰ ਮਹਿਸੂਸ ਹੁੰਦਾ ਸੀ ਰੱਬ ਦਾ ਸ਼ੁਕਰਾਨਾ ਕਰਦੀ ਸੀ ਕਿ ਮੇਰੀ ਜ਼ਿੰਦਗੀ ਚ ਕਿੰਨਾ ਅਨਮੋਲ ਹੀਰਾ ਦਿੱਤਾ ਹੈ ਕਦੇ ਤਾਂ ਜੀਤ ਸਭ ਦੇ ਸਾਹਮਣੇ ਮੈਨੂੰ ਕਿਸ ਵੀ ਕਰ ਲੈਂਦਾ ਸੀ ਮੈਂ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲੈਂਦੀ ਸੀ ਮੈਂ ਕਿੱਡੇ ਵੱਡੇ ਅਫਸਰ ਦੀ ਪਤਨੀ ਸਾਂ ਘਰ ਚ ਖਾਣਾ ਬਣਾਉਣ ਲਈ ਕੁੱਕ ਰੱਖਿਆ ਸੀ ਸਾਫ ਸਫਾਈ ਵਾਲੀ ਮਾਈ ਅਲੱਗ ਸੀ ਜੀਤ ਡਿਊਟੀ ਵੇਲੇ ਵੀ ਮੈਨੂੰ ਨਾਲ ਲੈ ਜਾਂਦਾ ਸੀ ਹਾਸੇ ਚ ਕਹਿ ਦਿੰਦਾ ਸੀ ਯਾਰਾਂ ਨਾਲ ਬਾਹਰਾਂ ਹੁਣ ਤਾਂ ਸਤਿੰਦਰ ਤੋਂ ਮੇਰੇ ਸਾਈ ਵਾਂਗ ਮੇਰੇ ਨਾਲ ਹੀ ਘੁੰਮੇਗੀ ਤੂੰ ਵੀ ਕੀ ਯਾਦ ਕਰੇਂਗੀ ਪਾਲਾ ਹੁਣ ਪੈਂਟਾਂ ਸ਼ੈਂਟਾਂ ਕਰ ਲੈ ਚਾਹ ਪੂਰੇ ਤੇਰਾ ਯਾਰ ਬਹੁਤ ਅਮੀਰ ਦਿਲ ਦਾ ਐ ਸੱਚੀ ਮੈਂ ਹੁਣ ਪੈਂਟਾਂ ਵੀ ਪਾਉਂਦੀ ਸੀ ਤੇ ਜੀਤ ਨਾਲ ਸਿਰ ਉੱਚਾ ਕਰਕੇ ਟੁਰਦੀ ਸਾਂ ਮੈਨੂੰ ਆਪਣੇ ਹਾਰ ਸ਼ਿੰਗਾਰ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਸੀ ਬਹੁਤ ਹੀ ਭਾਗਾਂ ਵਾਲੀ ਸਾਂ ਤਿੰਨ ਮਹੀਨੇ ਬਾਅਦ ਮੈਂ ਪ੍ਰੈਗਨੈਂਟ ਹੋ ਗਈ ਸੀ ਜੀਤ ਨੂੰ ਚਾ ਚੜ ਗਿਆ ਮੈਨੂੰ ਖਾਣ ਲਈ ਦੁੱਗਣਾ ਦਿੰਦਾ ਸੀ ਟੁਰਨਾ ਫਿਰਨਾ ਬੰਦ ਕਰਤਾ ਸੀ ਢੇਰ ਸਾਰੀਆਂ ਕਿਤਾਬਾਂ ਚੱਚਾ ਬੱਚਿਆਂ ਦੀ ਲੈ ਆਇਆ ਆਪ ਵੀ ਪੜਦਾ ਮੈਨੂੰ ਵੀ ਪੜਨ ਲਈ ਕਹਿੰਦਾ ਸੀ ਹੁਣ ਉਹ ਮੇਰੇ ਤੇ ਪੂਰੀ ਕਲਾਸ ਲਾਉਂਦਾ ਗਰਭવતી ਔਰਤ ਨੂੰ ਆਹ ਕਰਨਾ ਚਾਹੀਦਾ ਹੈ ਆਹ ਖਾਣਾ ਚਾਹੀਦਾ ਬਸ ਮੈਨੂੰ ਤਾਂ ਜੀਤ ਨੇ ਗੱਲਾਂ ਕਰ-ਕਰ ਕੇ ਪਾਗਲ ਬਣਾ ਦਿੱਤਾ ਸੀ ਜਿਵੇਂ ਕਿ ਮੈਂ ਦੁਨੀਆ ਦੀ ਪਹਿਲੀ ਔਰਤ ਹੋਵਾਂ ਜਿਹਨੇ ਬੱਚਾ ਪੈਦਾ ਕਰਨਾ ਸੀ ਢੇਰ ਸਾਰੇ ਘੜਾਉਣੇ ਪਹਿਲਾਂ ਹੀ ਲਿਆ ਕੇ ਕਮਰਾ ਭਰ ਦਿੱਤਾ ਰੋਜ਼ ਨਵੇਂ-ਨਵੇਂ ਸੁਪਨੇ ਲੈਂਦਾ ਸੀ ਹਾਂ 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 ਜੀਤ ਤਾਂ ਬਸ ਅਸਾਹ ਸਾ ਆ ਕੇ ਮੇਰੀ ਢਿੱਡ-ਪੀਟ ਕਰ ਦਿੰਦਾ ਇੱਕ ਦਿਨ ਕਹਿੰਦਾ ਜੇ ਰੱਬ ਮੈਨੂੰ ਮਿਲ ਜਾਏ ਤਾਨੂੰ ਪੁੱਛਾਂ ਕਿ 9 ਮਹੀਨੇ ਉਹਨੇ ਕਿਉਂ ਰੱਖੇ ਐ ਇੰਨਾ ਇੰਤਜ਼ਾਰ ਨਹੀਂ ਹੁੰਦਾ ਕਾਸ਼ 2 ਜਾਂ 3 ਮਹੀਨੇ ਬਾਅਦ ਹੀ ਬੱਚਾ ਪੈਦਾ ਹੁੰਦਾ ਤਾਂ ਕਿੰਨਾ ਚੰਗਾ ਸੀ ਮੈਂ ਤਾਂ ਥੱਕ ਗਿਆ ਇੰਤਜ਼ਾਰ ਕਰਦਾ ਕਰਦਾ ਜਿਉਂ-ਜਿਉਂ ਉਹ ਸਮਾਂ ਨੇੜੇ ਆ ਰਿਹਾ ਸੀ ਜੀਤ ਮੇਰਾ ਜ਼ਿਆਦਾ ਖਿਆਲ ਰੱਖਣ ਲੱਗ ਪਿਆ ਸੀ ਮਾੜਾ ਜਿਹਾ ਵੀ ਹਾਈ ਕਰਦੀ ਉੱਠ ਕੇ ਬੈਠ ਜਾਂਦਾ ਸੀ ਫੌਜੀ ਹਸਪਤਾਲ ਦਾ ਕਾਰਡ ਬਣਿਆ ਸੀ 15 ਦਿਨ ਬਾਅਦ ਚੈੱਕਅਪ ਹੁੰਦਾ ਸੀ ਫਿਰ ਉਹ ਦਿਨ ਵੀ ਆ ਗਿਆ ਜਿਹਦਾ ਜੀਤ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਜੀਤ ਇੱਕ ਸੁੰਦਰ ਜੀਤੀ ਦਾ ਪਿਓ ਬਣ ਗਿਆ ਸੀ। ਜੀਤ ਦੇ ਪਿਆਰ ਧਰਤੀ ਤੇ ਨਹੀਂ ਲੱਗਦੇ ਸੀ। ਸਾਰੇ ਹਸਤਾਲ ਚ ਲੰਡੂ ਵੰਡਦੇ। ਮੈਂ ਵੀ ਬਹੁਤ ਖੁਸ਼ ਸੀ। ਘਰ ਚ ਬੱਚੇ ਦੀਆਂ ਅਖਿਲਕਾਰੀਆਂ ਸੁਣ ਕੇ ਅਸੀਂ ਦੋਨੋਂ ਹੀ ਭਾਗਾਂ ਵਾਲੇ ਸਮਝਦੇ ਸਾਂ। ਜੀਤ ਨੇ ਆਪਣੀ ਬੇਟੀ ਦਾ ਨਾਮ ਖੁਸ਼ੀ ਰੱਖ ਦਿੱਤਾ ਸੀ। ਮੈਨੂੰ ਵੀ ਇਹ ਨਾਮ ਬਹੁਤ ਪਿਆਰਾ ਲੱਗਾ ਸੀ। ਖੁਸ਼ੀ ਨੇ ਸਾਡੀ ਜ਼ਿੰਦਗੀ ਚ ਖੁਸ਼ੀਆਂ ਭਰ ਦਿੱਤੀਆਂ ਸੀ। ਸ਼ਕਲ ਸੂਰਤ ਤੋਂ ਬਿਲਕੁਲ ਆਪਣੇ ਪਾਪਾ ਤੇ ਗਈ ਸੀ। ਜੀਤ ਕਹਿੰਦਾ ਵੇਖੀ ਇਸ ਦੇ ਅੰਦਰ ਮੇਰਾ ਇਹ ਪੁੱਤਰ ਇੱਕ ਦਿਨ ਪਾਇਲਟ ਬਣੇਗਾ। ਸਾਨੂੰ ساری ਦੁਨੀਆ ਦੀ ਸੈਰ ਕਰਾਏਗਾ। ਅਸੀਂ ਪਿਆਉਤੀ ਦੋਨੋਂ ਤੈਨੂੰ ਅਰਸ਼ਾਂ ਤੇ ਬਿਠਾ ਦੇਵਾਂਗੇ। ਅੱਜ ਜਦੋਂ ਇਹ ਸਭ ਕੁਝ ਸੋਚਦੀਆਂ ਤਾਂ ਅੱਖ ਚੋਂ ਸੋਨ ਭਾਦੋਂ ਦੀ ਬਰਸਾਤ ਲੱਗ ਜਾਂਦੀ ਹੈ। ਫਿਰ ਨਿੰਮੂ ਦਾ ਖਿਆਲ ਆ ਜਾਂਦਾ ਸੀ। ਨਿੰਮੂ ਮੈਨੂੰ ਆਪਣੀ ਕੋਈ ਕਰੀਬੀ ਰਿਸ਼ਤੇਦਾਰੀ ਲੱਗ ਰਹੀ ਸੀ। ਮੈਂ ਸੋਚਦੀਆਂ ਆਖਰ ਕਿਉਂ ਨਿੰਮੂ ਮੇਰੀ ਕੋਠੀ ਅੱਗੇ ਆ ਕੇ ਬੈਠਦੀ ਸੀ। ਮੈਨੂੰ ਪਿਆਰ ਨਾਲ ਵੇਖਦੀ ਸੀ। ਕੋਠੀ ਅੰਦਰ ਛਾਤੀ ਮਾਰਦੀ ਸੀ। ਪਤਾ ਨਹੀਂ ਉਹ ਕੀ ਲੱਭਦੀ ਸੀ। ਰਾਤ ਨੂੰ ਜਲਦੀ ਨਿੰਮੋ ਦੀ ਕਾਪੀ ਖੋਲ ਕੇ ਬੈਠ ਗਈ ਅੱਗੇ ਕੁਝ ਅੱਖਰ ਮਿٹے ਸੀ ਜਿਵੇਂ ਕਿ ਉਹਨਾਂ ਤੇ ਹੰਝੂ ਟਪਕੇ ਹੋਣ ਬਹੁਤ ਧਿਆਨ ਨਾਲ ਪੜ੍ਹਦੀ ਆ ਅੱਗੋਂ ਨਿੰਮੋ ਲਿਖਦੀ ਐ ਮੈਂ ਤੇ ਹਰਜੋਤ ਭਾਵੇਂ ਇੱਕ ਛੱਤ ਥੱਲੇ ਰਹਿ ਰਹੇ ਹਾਂ ਪਰ ਦੋਨੋਂ ਹੀ ਇੱਕ ਦੂਜੇ ਤੋਂ ਬਹੁਤ ਦੂਰ ਸਾਂ ਹਰਜੋਤ ਦੇ ਦਿਲ 'ਚ ਕੀ ਚੱਲਦਾ ਸੀ ਮੈਨੂੰ ਜਾਣਦੀ ਹੁਣ ਸੰਗੀਤਾ ਹਰ ਰੋਜ਼ ਸ਼ਾਮ ਨੂੰ ਆ ਜਾਂਦੀ ਸੀ ਹਰਜੋਤ ਮੈਨੂੰ ਰਸੋਈ 'ਚ ਵਾੜ ਦਿੰਦਾ ਕਹਿ ਦਿੰਦਾ ਸੀ ਅੱਜ ਪਾਲਕ ਵਾਲੇ ਪਕੌੜੇ ਬਣਾ ਸੰਗੀਤਾ ਨੂੰ ਬਹੁਤ ਪਸੰਦ ਐ ਮੈਂ ਪਕੌੜੇ ਬਣਾਉਂਦੀ ਰਹਿਣਾ ਤੇ ਉਹਨਾਂ ਦੋਹਾਂ ਨੇ ਮੇਜ਼ ਤੇ ਬਹਿ ਕੇ ਗਰਮ-ਗਰਮ ਖਾਈ ਜਾਣੇ ਮੈਨੂੰ ਰੋਣਾ ਆ ਜਾਂਦਾ ਸੀ ਕਿ ਇਹਨੂੰ ਸੰਗੀਤਾ ਦਾ ਜ਼ਿਆਦਾ ਫਿਕਰ ਹੈ ਉਹਨੂੰ ਕੀ ਪਸੰਦ ਹੈ ਤੇ ਮੇਰਾ ਕੋਈ ਫਿਕਰ ਨਹੀਂ ਸੀ ਦੋਨੋਂ ਮੇਰੇ ਸਾਹਮਣੇ ਬੈਠ ਕੇ ਹਾਸੇ-ਹਾਸੇ ਗੱਲਾਂ ਕਰਦੇ ਸੀ ਮੈਂ ਰੋਟੀ ਖਾਵਾਂ ਨਾ ਖਾਵਾਂ ਅਰਜੋਤ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਇੱਕ ਦਿਨ ਤਾਂ ਹਾਦੀ ਹੋ ਗਈ ਰਾਤ ਨੂੰ ਦੋਹਾਂ ਨੇ ਆਪਣੀ ਪਸੰਦ ਦਾ ਖਾਣਾ ਬਣਵਾਇਆ ਦੋਵੇਂ ਖਾਣਾ ਖਾ ਕੇ ਮੇਰੇ ਬੈੱਡਰੂਮ 'ਚ ਚਲੇ ਗਏ ਅਰਜੋਤ ਕੇੰਦਰ ਨਿਮੋ ਅੱਜ ਤੋਂ ਦੂਜੇ ਕਮਰੇ 'ਚ ਸੌਂ ਜਾ ਅੱਜ ਸੰਗੀਤਾ ਇੱਥੇ ਹੀ ਰਹੇਗੀ ਹਰਜੋਤ ਨੇ ਸ਼ਰਾਬ ਵੀ ਪੀਤੀ ਸੀ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਮੇਰੇ ਬੈਡਰੂਮ 'ਚ ਮੇਰਾ ਪਤੀ ਕਿਸੇ ਹੋਰ ਕੁੜੀ ਨਾਲ ਸੌਂਵੇ ਮੈਂ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਦੋਨਾਂ ਨੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਕੁੰਡੀ ਲਗਾਤੀ ਸੀ ਤੇ ਮੈਂ ਰਸੋਈ 'ਚ ਭਾਂਡਾ ਢਿੰਡਾ ਸਾਫਦੀ ਰਹੀ ਅੱਖਾਂ ਪੂੰਝਦੇ ਦੂਜੇ ਕਮਰੇ 'ਚ ਜਾ ਕੇ ਪੈ ਗਈ ਸੀ ਮੇਰੇ ਦਿਲ ਦਾ ਸ਼ੱਕ ਸੱਚਾ ਸਾਬਤ ਹੋਇਆ ਸੀ ਸੰਗੀਤਾ ਮੇਰੇ ਤੋਂ ਪਹਿਲਾਂ ਵੀ ਹਰਜੋਤ ਨਾਲ ਇਸ ਘਰ 'ਚ ਰਹਿੰਦੀ ਸੀ ਮੇਰਾ ਜੀ ਕਰਦਾ ਸੀ ཕੁੱਬਾ ਮਾਰ ਕੇ ਰੂਮ ਸਾਰੀ ਰਾਤ ਉਸ ਸਲਵਟੇ ਲੈਂਦੀ ਰਹੀ ਕਿਸ ਨੂੰ ਆਪਣੇ ਦਿਲ ਦੀ ਗੱਲ ਦੱਸਾਂ ਕੌਣ ਹੈ ਮੇਰਾ ਨਾ ਕਿਸੇ ਨੂੰ ਫੋਨ ਕਰ ਸਕਦੀ ਸੀ ਜਿਸ ਲਈ ਮੈਂ ਆਪਣਾ ਪਿਆਰ ਕੁਰਬਾਨ ਕੀਤਾ ਸੀ ਉਹ ਮੇਰਾ ਨਾ ਨਿਕਲਿਆ ਕਿੰਨੀ ਬਦਕਿਸਮਤ ਸੋਚ-ਸੋਚ ਕੇ پاگل ਹੋ ਰਹੀ ਥਾ ਜਿਸ ਪਿੱਛੇ ਸਾਰੀ ਜ਼ਿੰਦਗੀ ਖਰਾਬ ਕੀਤੀ ਸੀ ਉਹ ਕਿਸੇ ਹੋਰ ਦਾ ਸੀ ਮੈਂ ਆਪਣੇ ਦਿਲ 'ਚ ਪੱਕਾ ਫੈਸਲਾ ਕਰ ਲਿਆ ਸੀ ਕਿ ਸਵੇਰੇ ਹਰਨੇਕ ਭਾਜੀ ਨੂੰ ਫੋਨ ਕਰਾਂਗੀ ਤੇ ਹਰਜੋਤ ਦੀ ਸੱਚਾਈ ਦਾ ਪਤਾ ਕਰਾਂਗੀ ਸਬਬ ਨਾਲ ਹੀ ਦੂਜੇ ਦਿਨ ਹਰਨੇਕ ਭਾਜੀ ਦਾ ਫੋਨ ਆ ਗਿਆ ਸੀ ਉਹਨਾਂ ਨੇ ਸਾਨੂੰ ਆਪਣੇ ਘਰ ਖਾਣੇ ਤੇ ਬੁਲਾਇਆ ਸੀ ਮੈਂ ਆਪਣੇ ਦਿਲ 'ਚ ਸੋਚ ਲਿਆ ਸੀ ਹੁਣ ਮੈਂ ਜ਼ਰੂਰ ਹਰਜੋਤ ਭਾਜੀ ਹਰਜੋਤ ਬਾਰੇ ਭਾਜੀ ਨੂੰ ਪੁੱਛਾਂਗੇ ਹਰਜੋਤ ਭਾਜੀ ਦੀ ਬਹੁਤ ਇੱਜ਼ਤ ਕਰਦਾ ਸੀ ਤੇ ਅਸੀਂ ਫਿਰ ਭਾਜੀ ਦੇ ਘਰ ਚਲੇ ਗਏ ਸੀ ਰਾਜ ਹਰਜੋਤ ਮੈਨੂੰ ਕਹਿੰਦਾ ਉੱਥੇ ਜਾ ਕੇ ਬਹੁਤੀ ਗੱਲ ਨਾ ਕਰੀ ਚੁੱਪ ਰਹਿਣ ਚੀਪ ਲੈ ਕੁਲਜੀਤ ਭਾਬੀ ਨੇ ਬਹੁਤ ਸਵਾਦ ਖਾਣਾ ਤਿਆਰ ਕੀਤਾ ਹੋਇਆ ਸੀ ਹਰਜੋਤ ਤੇ ਹਰਨੇਕ ਆਪਣੇ ਪਿੰਡ ਦੀਆਂ ਗੱਲਾਂ ਕਰਦੇ ਰਹੇ ਹਰਜੋਤ ਫਿਰ ਖਾਣਾ ਖਾਣ ਤੋਂ ਬਾਅਦ ਚਲਾ ਗਿਆ ਕਹਿੰਦਾ ਉਹਨੂੰ ਕੋਈ ਜ਼ਰੂਰੀ ਕੰਮ ਹੈ ਤੇ ਮੈਨੂੰ ਕਹਿੰਦਾ ਮੈਂ ਸ਼ਾਮ ਨੂੰ ਆ ਕੇ ਲੈ ਜਾਵਾਂਗਾ। ਮੈਂ ਬਹੁਤ ਖੁਸ਼ ਹੋਈ ਵੀ ਕੁਝ ਸਮਾਂ ਹਰਨੇਕ ਭਾਜੀ ਨਾਲ ਦਿਲ ਦੀਆਂ ਗੱਲਾਂ ਕਰ ਸਕਾਂਗੀ। ਹਰਨੇਕ ਭਾਜੀ ਤਾਂ ਪਹਿਲਾਂ ਹੀ ਮੇਰੇ ਪੀਲੇ ਚਿਹਰੇ ਨੂੰ ਵੇਖ ਕੇ ਮੇਰੀ ਹਾਲਤ ਸਮਝ ਗਏ ਸੀ। ਸੋਨਾਣੀ ਪਹਿਲ ਕਰਦੀ ਨਿੰਮੋ ਭਾਬੀ ਜੀ ਕਿ ਤੁਸੀਂ ਖੁਸ਼ ਹੋ? ਤੁਹਾਡਾ ਚਿਹਰਾ ਦੱਸ ਰਿਹਾ ਕਿ ਤੁਸੀਂ ਅੰਦਰੋਂ ਉਦਾਸ ਹੋ। ਭਾਬੀ ਜੀ ਤੁਸੀਂ ਮੇਰੇ ਨਾਲ ਆਪਣੇ ਦਿਲ ਦੀ ਗੱਲ ਖੋਲ੍ਹ ਲਓ। ਮੈਂ ਹਰਜੋਤ ਨੂੰ ਚੰਗੀ ਤਰ੍ਹਾਂ ਜਾਣਦਾ। ਉਹ ਆਪਣੀਆਂ ਆਦਤਾਂ ਤੋਂ ਮਜਬੂਰ ਹੈ। ਅਸੀਂ ਪਰਦੇਸੀ ਬੰਦੇ ਆ ਇੱਥੇ ਇੱਕ ਦੂਜੇ ਦਾ ਸਹਾਰਾ ਬਣਨਾ ਪੈਂਦਾ ਮੈਂ ਹਰਨੇਕ ਭਾਜੀ ਨੂੰ ਕਿਹਾ ਵੀਰ ਜੀ ਤੁਸੀਂ ਮੈਨੂੰ ਹਰਜੋਤ ਦੀ ਜ਼ਿੰਦਗੀ ਬਾਰੇ ਸਭ ਕੁਝ ਦੱਸੋ ਮੇਰੇ ਤੋਂ ਕੋਈ ਗੱਲ ਨਾ ਲੁਕਾਣਾ ਮੈਂ ਸਭ ਕੁਝ ਜਾਣਨਾ ਚਾਹੁੰਦੀ ਆ ਸਹੀ ਹੈ ਭਾਬੀ ਮੈਂ ਦੱਸਦਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਰਜੋਤ ਦਾ ਪਿੰਡ ਵੀ ਮੇਰੇ ਪਿੰਡ ਦੇ ਨਾਲ ਹੀ ਹੈ ਅਸੀਂ ਦੋਵੇਂ ਇੱਕੋ ਜਮਾਤ ਚ ਪੜਿਆ ਕਰਦੇ ਸੀ ਹਰਜੋਤ ਬਹੁਤ ਗਰੀਬ ਘਰ ਦਾ ਮੁੰਡਾ ਸੀ ਜਦੋਂ 7ਵੀਂ ਜਮਾਤ ਚ ਪੜਦਾ ਸੀ ਇਹਦੇ ਬੇਬੇ ਬਾਪੂ ਦੀ ਇੱਕ ਐਕਸੀਡੈਂਟ ਚ ਮੌਤ ਹੋ ਗਈ ਸੀ ਇਦੀ ਇੱਕ ਵੱਡੀ ਭੈਣ ਵੀ ਸੀ ਜੋ 10ਵੀਂ ਜਮਾਤ ਚ ਪੜ੍ਹਦੀ ਸੀ ਸਾਰਾ ਪਿੰਡੇ ਨਾਲ ਤੇ ਤਰਸ ਖਾ ਰਿਆ ਸੀ ਦੋਵੇਂ ਬੱਚੇ ਯਤੀਮ ਹੋ ਗਏ ਸੀ ਘਰ ਚ ਕਮਾਉਣ ਵਾਲਾ ਕੋਈ ਨਹੀਂ ਸੀ ਪਿੰਡ ਦੇ ਲੋਕਾਂ ਨੇ ਬਹੁਤ ਮਦਦ ਕੀਤੀ ਤੁਹਾਡੇ ਪਿਤਾ ਜੀ ਸੋਹਰਾ ਸਾਹਿਬ ਉਦੋਂ ਸਾਡੇ ਸਕੂਲ ਚ ਪੜਾਉਂਦੇ ਸੀ ਬਹੁਤ ਹੀ ਨੇਕ ਇਨਸਾਨ ਸੀ ਉਹਨਾਂ ਨੇ ਹਰਜੋਤ ਦੀ ਜ਼ਿੰਮੇਵਾਰੀ ਚੁੱਕ ਲਈ ਉਹਨੂੰ ਆਪਣਾ ਮੁੰਡਾ ਬਣਾ ਲਿਆ ਹਰਜੋਤ ਪੜ੍ਹਾਈ ਚ ਬਹੁਤ ਹੁਸ਼ਿਆਰ ਸੀ ਪਿਤਾ ਜੀ ਹਰਜੋਤ ਨੂੰ ਬਹੁਤ ਪਿਆਰ ਕਰਦੇ ਸੀ ਦੋਹਾਂ ਭੈਣ ਭਰਾਵਾਂ ਦਾ ਸਾਰਾ ਖਰਚਾ ਪਿਤਾ ਜੀ ਕਰਨ ਲੱਗ ਪਏ ਸੀ ਹਰਜੋਤ ਦੀ ਵੱਡੀ ਭੈਣ ਦਾ 2 ਕੁ ਸਾਲ ਬਾਅਦ ਪਿਤਾ ਜੀ ਨੇ ਇੱਕ ਚੰਗਾ ਮੁੰਡਾ ਲੱਭ ਕੇ ਵਿਆਹ ਕਰਵਾ ਦਿੱਤਾ ਸੀ ਹਰਜੋਤ ਨੂੰ ਕਾਲਜ ਦਾਖਲ ਕਰਵਾ ਦਿੱਤਾ ਸੀ ਹੌਲੀ ਹੌਲੀ ਹਰਜੋਤ ਨੇ ਆਈਲੈਟਸ ਕਰ ਲਈ ਤੇ ਉਹਨੂੰ ਸਟੱਡੀ ਵੀਜ਼ਾ ਕੈਨੇਡਾ ਦਾ ਮਿਲ ਗਿਆ ਤੇ ਸਾਰਾ ਖਰਚ ਪਿਤਾ ਜੀ ਨੇ ਕਰ ਦਿੱਤਾ ਮੈਂ ਸਭ ਸੁਣ ਕੇ ਹੈਰਾਨ ਹੋ ਰਹੀ ਸੀ ਕਿ ਮੈਨੂੰ ਘਰ ਚੋਂ ਕਿਸੇ ਨੇ ਵੀ ਨਹੀਂ ਦੱਸਿਆ ਕਿ ਹਰਜੋਤ ਪਿਤਾ ਜੀ ਦਾ ਆਪਣਾ ਪੁੱਤਰ ਨਹੀਂ ਹੈ ਮੈਨੂੰ ਤਾਂ ਇਹੀ ਪਤਾ ਸੀ ਵੀ ਪਿਤਾ ਜੀ ਦੇ ਦੋ ਮੁੰਡੇ ਐ ਖੈਰ ਪਿਤਾ ਜੀ ਬਹੁਤ ਚੰਗੇ ਇਨਸਾਨ ਐ ਉਹਨਾਂ ਨੇ ਹਰਜੋਤ ਦੀ ਜ਼ਿੰਦਗੀ ਬਣਾ ਦਿੱਤੀ ਬਹੁਤ ਵੱਡਾ ਪਰਉਕਾਰ ਕਰ ਗਏ ਸਰ ਹਾਂ ਭਾਪੀ ਪਿਤਾ ਜੀ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਹਰਜੋਤ ਨੇ ਉਹਨਾਂ ਦੀ ਕੀਤੀ ਕਰਾਈ ਤੇ ਪਾਣੀ ਫੇਰ ਦਿੱਤਾ ਇਹ ਕੀ ਕਹਿ ਰਹੇ ਹੋ ਭਾਜੀ ਮੈਨੂੰ ਹੁਣ ਸਾਰੀਆਂ ਗੱਲਾਂ ਖੁੱਲ ਕੇ ਦੱਸੋ ਨਸਨਾ ਬਬੀ ਸਭ ਕਈ ਦਸਤਾ ਹਰਜੋਤ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਪਿਤਾ ਜੀ ਇਹਨੂੰ ਪੈਸੇ ਭੇਜਦੇ ਰਹੇ ਹਰਜੋਤ ਕੰਮ ਤੇ ਵੀ ਲੱਗ ਗਿਆ ਪਹਿਲਾਂ ਪਹਿਲਾਂ ਇਹਨੇ ਬਹੁਤ ਮਿਹਨਤ ਕੀਤੀ ਬਹੁਤ ਪੈਸਾ ਕਮਾਇਆ ਹੌਲੀ ਹੌਲੀ ਇਹਦੀ ਹਵਾ ਖਰਾਬ ਹੋ ਗਈ ਬਹੁਤੇ ਪੈਸੇ ਨੇ ਇਹਨੂੰ ਵਿਗਾੜ ਦਿੱਤਾ ਇਹ ਕੁੜੀਆਂ ਦੇ ਚੱਕਰਾਂ ਚ ਪੈ ਗਿਆ ਨਸ਼ੇ ਵੀ ਕਰਨ ਲੱਗ ਪਿਆ ਮੈਂ ਇਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਨਾ ਸੁਧਰਿਆ ਜਦੋਂ ਮੈਨੂੰ ਪਤਾ ਲੱਗਾ ਕਿ ਪਿਤਾ ਜੀ ਨੇ ਹਰਜੋਤ ਲਈ ਲੜਕੀ ਵੇਖੀ ਹੈ ਤਾਂ ਦਿਲ ਨੂੰ ਥੋੜਾ ਹੌਸਲਾ ਹੋਇਆ ਕਿ ਸ਼ਾਇਦ ਵਿਆਹ ਤੋਂ ਬਾਅਦ ਠੀਕ ਹੋ ਜਾਏਗਾ ਹਰਜੋਤ ਮੈਨੂੰ ਕਹਿ ਰਿਹਾ ਸੀ ਤੁਸੀਂ ਪਿਤਾ ਜੀ ਨੂੰ ਕਹੋ ਮੈਂ ਵਿਆਹ ਨਹੀਂ ਕਰਾਉਣਾ ਪਰ ਮੈਂ ਕਿਵੇਂ ਕਹਿੰਦਾ ਮੈਨੂੰ ਤਾਂ ਹਰਜੋਤੇ ਤਰਸ ਆ ਰਿਹਾ ਸੀ ਸੋਚਦਾ ਸੀ ਇਹਦੀ ਘਰ ਵਾਲੀ ਚੰਗੀ ਸਿਆਣੀ ਕੁੜੀ ਆ ਜਾਏ ਜੋ ਇਹਨੂੰ ਠੀਕ ਕਰ ਦੇ ਨਿੰਮੋ ਭਾਬੀ ਜੀ ਤੁਹਾਡੇ ਚਿਹਰੇ ਦੀ ਉਦਾਸੀ ਵੇਖ ਕੇ ਮੈਨੂੰ ਸਭ ਕੁਝ ਪਤਾ ਚੱਲ ਗਿਆ ਹੈ ਕਿ ਹਰਜੋਤ ਉਸੇ ਤਰ੍ਹਾਂ ਉਸ 'ਚ ਕੋਈ ਤਬਦੀਲੀ ਨਹੀਂ ਆਈ ਹਰਜੋਤ ਪਿਤਾ ਜੀ ਦੀ ਇੱਜ਼ਤ ਕਰਦਾ ਸੀ ਉਹ ਪਿਤਾ ਜੀ ਦੀ ਦਾ ਕਹਿਣਾ ਨਹੀਂ ਮੋੜ ਸਕਦਾ ਸੀ ਇਸ ਕਰਕੇ ਉਹਨੂੰ ਵਿਆਹ ਕਰਾਉਣਾ ਪਿਆ ਸੱਚ ਪੁੱਛੋ ਭਾਬੀ ਜੀ ਤੁਸੀਂ ਇਸ ਨਾਲ ਵਿਆਹ ਕਰਾ ਕੇ ਬਹੁਤ ਵੱਡੀ ਗਲਤੀ ਕੀਤੀ ਇਹ ਤੁਹਾਡੇ लायक ਨਹੀਂ ਹੈ ਮੈਡਮ ਸੁਨੀਤਾ ਹਰਜੋਤ ਦੀ ਭੂਆ ਹੈ ਜੋ ਪਿਤਾ ਜੀ ਨਾਲ ਪੜਾਉਂਦੀ ਸੀ ਉਹਨੇ ਕਾਲਜ 'ਚ ਤੁਹਾਨੂੰ ਪਸੰਦ ਕਰਕੇ ਹਰਜੋਤ ਨਾਲ ਰਿਸ਼ਤਾ ਜੋੜਿਆ ਸੀ ਉਹ ਤਾਂ ਹਰਜੋਤ ਦਾ ਭਲਾ ਚਾਹੁੰਦੀ ਸੀ ਪਰ ਉਹਨੂੰ ਹਰਜੋਤ ਦਾ ਅਸਲੀ ਚਿਹਰਾ ਨਹੀਂ ਪਤਾ ਸੀ ਪਿਤਾ ਜੀ ਨੇ ਹਰਜੋਤ ਦੀ ਜ਼ਿੰਮੇਵਾਰੀ ਚੁੱਕੀ ਸੀ ਤੇ ਉਹ ਉਹਦਾ ਰਿਸ਼ਤਾ ਚੰਗੀ ਕੁੜੀ ਨਾਲ ਕਰਾ ਕੇ ਖੁਸ਼ ਸੀ ਭਾਬੀ ਇਹ ਸਭ ਤਕਦੀਰਾਂ ਦੇ ਸੌਦੇ ਐ ਮੈਂ ਤਾਂ ਇੰਨੇ ਸਾਲਾਂ ਤੋਂ ਹਰਜੋਤ ਨੂੰ ਵੇਖ ਰਿਹਾ ਉਹ ਮੇਰਾ ਮਿੱਤਰ ਹੈ ਮੈਂ ਇਹਨੂੰ ਸੁਧਾਰਨ ਦੀ ਬਹੁਤ ਕੋਸ਼ਿਸ਼ ਕੀਤੀ ਪਤਾ ਨਹੀਂ ਇਹ ਕਿੱਥੇ ਜਾਂਦਾ ਕੀ ਕਰਦਾ ਮੈਂ ਵੀ ਨਹੀਂ ਜਾਣਦਾ ਪਰ ਇਹ ਜ਼ਰੂਰ ਕਿਸੇ ਗਲਤ ਰਾਹੇ ਪੈ ਗਿਆ ਨਸ਼ੇ ਕਰਦਾ ਮੈਨੂੰ ਇਹਦਾ ਫਿਕਰ ਹੈ ਇੱਥੇ ਹਰਜੋਤ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਰੋਜ਼ ਨਵੀਂ ਕੁੜੀ ਨਾਲ ਘੁੰਮਦਾ ਹੈ ਕਈ ਵਾਰ ਜਦੋਂ ਮੈਂ ਇਹਨੂੰ ਰੋਕਦਾ ਤਾਂ ਮੈਨੂੰ ਵੀ ਬੇਇੱਜ਼ਤ ਕਰ ਦਿੰਦਾ ਹੈ ਕਈ ਵਾਰ ਪੀਤੀ ਹੋਈ ਚ ਗਾਲਾਂ ਵੀ ਕੱਢ ਦਿੰਦਾ ਹੈ ਭਾਬੀ ਜੀ ਤੁਹਾਡੇ ਨਾਲ ਵਿਆਹ ਕਰਾਉਣਾ ਹਰਜੋਤ ਦੀ ਇੱਕ ਮਜਬੂਰੀ ਸੀ ਉਨੂੰ ਕੋਈ ਚਾ ਨਹੀਂ ਸੀ ਸੱਚ ਪੁੱਛੋ ਮੈਨੂੰ ਬਹੁਤ ਦੁੱਖ ਹੋਇਆ ਸੀ ਕਿ ਇੱਕ ਭੋਲੀ ਭਾਲੀ ਕੁੜੀ ਦੀ ਜ਼ਿੰਦਗੀ ਖਰਾਬ ਕਰਕੇ ਇਹਨੂੰ ਕੀ ਮਿਲਿਆ ਮੈਂ ਵੈਗਰੂ ਅੱਗੇ ਰੋਜ਼ ਅਰਦਾਸ ਕਰਦਾ ਕਿ ਨੀਮੋ ਭਾਬੀ ਨੂੰ ਖੁਸ਼ ਰੱਖੀ ਰੱਬ ਖੈਰ ਕਰੇ ਭਾਬੀ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਡੇ ਨਾਲ ਹਾਏ ਰੱਬਾ ਮੈਂ ਕੀ ਸੁਣ ਰਹੀ ਹਾਂ ਹਰਜੋਤ ਨੇ ਪਿਤਾ ਜੀ ਨਾਲ ਵੀ ਕਿੰਨਾ ਵੱਡਾ ਧੋਖਾ ਕੀਤਾ ਮੈਂ ਦੋਹਾਂ ਵਿਚਾਲੇ ਬਲੀ ਦਾ ਬੱਕਰਾ ਬਣ ਗਈ ਬਿਲਕੁਲ ਸਹੀ ਕਹਿ ਰਹੇ ਹੋ ਭਾਬੀ ਜੀ ਭਾਜੀ ਮੈਨੂੰ ਤਾਂ ਹੈਰਾਨੀ ਇਸ ਗੱਲ ਦੀ ਹੈ ਕਿ ਪਿਤਾ ਜੀ ਨੇ ਕਦੇ ਵੀ ਮੈਨੂੰ ਇਹ ਸੱਚ ਨਹੀਂ ਦੱਸਿਆ ਤੇ ਨਾ ਹੀ ਘਰ 'ਚ ਕਿਸੇ ਹੋਰ ਨੇ ਮੈਨੂੰ ਕੋਈ ਗੱਲ ਦੱਸੀ। ਹਰਜੋਤ ਉਸ ਘਰ ਦਾ ਬੇਟਾ ਨਹੀਂ ਹੈ। ਪਿਤਾ ਜੀ ਨੇ ਮੇਰੇ ਤੋਂ ਲੁਕਾ ਰੱਖਿਆ ਸੀ। ਸੁਨੀਤਾ ਮੈਡਮ ਨੇ ਵੀ ਕੋਈ ਗੱਲ ਨਹੀਂ ਕੀਤੀ ਸੀ। ਹੁਣ ਮੈਨੂੰ ਇਹਨਾਂ ਸਾਰਿਆਂ ਤੇ ਗੁੱਸਾ ਆ ਰਿਹਾ ਹੈ। ਉਹਨਾਂ ਨੇ ਕਿਉਂ ਮੇਰੇ ਨਾਲ ਐਡਾ ਵੱਡਾ ਫਰੇਵ ਕੀਤਾ ਸੀ? ਪਿਤਾ ਜੀ ਨੇ ਤਾਂ ਹਰਜੋਤ ਦਾ ਭਲਾਈ ਕੀਤਾ ਸੀ। ਉਹਨੇ ਪਿਤਾ ਜੀ ਦੀ ਇੱਜ਼ਤ ਦਾ ਖਿਆਲ ਵੀ ਨਹੀਂ ਕੀਤਾ। ਹਰਜੋਤ ਸਭ ਕੁਝ ਭੁੱਲ ਗਿਆ। ਆਪਣੇ ਰਸਤੇ ਤੋਂ ਭਟਕ ਗਿਆ। ਮੈਂ ਬਦਕਿਸਮਤ ਤਾਂ ਪਹਿਲਾਂ ਹੀ ਰੱਬ ਦੀ ਮਾਰੀ ਹੋਈ ਸੀ ਆਪਣੀ ਕਿਸਮਤ ਨੂੰ ਰੋ ਰਹੀ ਸੀ ਮੈਂ ਕੀ ਕਸੂਰ ਕੀਤਾ ਸੀ ਮੇਰੇ ਨਾਲ ਇੰਨਾ ਵੱਡਾ ਧੋਖਾ ਕਿਉਂ ਹੋਇਆ ਰੱਬ ਨੇ ਮੈਨੂੰ ਮੇਰੇ ਪਿਆਰ ਸਰਤਾਜ ਤੋਂ ਕਿਉਂ ਜੁਦਾ ਕੀਤਾ ਮੈਂ ਆਪਣੇ ਆਪਣਾ ਪਿਆਰ ਕੁਰਬਾਨ ਕੀਤਾ ਆਪਣਾ ਮਨ ਮਾਰ ਕੇ ਹਰਜੋਤ ਨੂੰ ਪੂਰੀ ਇੱਜ਼ਤ ਦਿੱਤੀ ਇਹ ਕਿਹੋ ਜਿਹਾ ਇਮਤਿਹਾਨ ਰੱਬ ਮੇਰੇ ਤੋਂ ਲੈ ਰਿਹਾ ਸੀ ਭਾਜੀ ਤੁਸੀਂ ਮੈਨੂੰ ਸਾਰੀਆਂ ਗੱਲਾਂ ਸਾਫ਼-ਸਾਫ਼ ਦੱਸ ਕੇ ਮੇਰੇ ਤੇ ਬਹੁਤ एहसान ਕੀਤਾ ਇਸ ਗਰੀਬਣੀ ਦਾ ਹੁਣ ਤੁਸੀਂ ਇੱਕ ਸਹਾਰਾ ਤੁਸੀਂ ਹਰਜੋਤ ਨੂੰ ਸਿੱਧੇ ਰਸਤੇ ਲਿਆਓ ਮੈਂ ਤੁਹਾਡੇ ਨਾਲ ਆ ਮੇਰਾ ਘਰ ਵਾਸਤੇ ਹੈ ਮੈਨੂੰ ਹੁਣ ਬਹੁਤ ਡਰ ਲੱਗ ਰਿਹਾ ਹੈ ਕੁਲਜੀਤ ਭਾਬੀ ਨੇ ਵੀ ਫੇਰ ਮੈਨੂੰ ਗਲਬੱਕੜੀ ਚ ਲੈ ਲਿਆ ਕਹਿੰਦੀ ਨਿੰਮੋ ਭੈਣ ਤੂੰ ਕਬਰਾਨਾ ਅਸੀਂ ਤੇਰੇ ਨਾਲ ਆ ਜਦੋਂ ਵੀ ਕਦੇ ਜ਼ਰੂਰਤ ਪਈ ਸਾਨੂੰ ਫੋਨ ਕਰਦੇ ਅਸੀਂ ਦੌੜੇ ਚਲੇ ਆਵਾਂਗੇ ਵੈਗਰੂ ਤੇ ਭਰੋਸਾ ਰੱਖ ਸ਼ਾਮ ਨੂੰ ਹਰਜੋਤ ਮੈਨੂੰ ਲੈ ਗਿਆ ਸੀ ਮੈਂ ਆਪਣੇ ਦਿਲ ਤੇ ਬਹੁਤ ਵੱਡਾ ਬੋਝ ਲੈ ਕੇ ਆਈ ਸੀ ਹਰਜੋਤ ਹੁਣ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ ਦਿਨੋਂ ਦਿਨ ਹਰਜੋਤ ਦੇ ਹੌਸਲੇ ਵਧ ਰਹੇ ਸਨ ਸੰਗੀਤਾ ਬਿਨਾਂ ਝਿਜਕੀ ਰੋਜ਼ ਆਉਂਦੀ ਸੀ ਦੋਨੋਂ ਖੂਬ ਹਾਸਾ ਠੱਠਾ ਕਰਦੇ ਖਾਂਦੇ ਪੀਂਦੇ ਸੀ ਸੰਗੀਤਾ ਨੂੰ ਜੋ ਪਸੰਦ ਸੀ ਮੈਂ ਉਹੀ ਬਣਾ ਦਿੰਦੀ ਸੀ ਦੋਨੋਂ ਇਕੱਠੇ ਸੌਂਦੇ ਸੀ ਮੈਂ ਤਾਂ ਘਰ 'ਚ ਇੱਕ ਨੌਕਰਾਨੀ ਬਣ ਕੇ ਰਹਿ ਗਈ ਸੀ ਉਹਨਾਂ ਨੇ ਕਦੇ ਨਹੀਂ ਕਿਹਾ ਸੀ ਵੀ ਨਿੰਮੋ ਆ ਤੂੰ ਵੀ ਸਾਡੇ ਕੋਲ ਬੈਠ ਖਾਣਾ ਖਾ ਗੱਲਾਂ ਕਰ ਹਰਜੋਤ ਨੂੰ ਮੇਰੀ ਫਿਕਰ ਨਹੀਂ ਸੀ ਉਹ ਤਾਂ ਸੰਗੀਤਾ ਦਾ ਹੀ ਖਿਆਲ ਰੱਖਦਾ ਸੀ ਮੇਰੇ ਬੈੱਡਰੂਮ 'ਚ ਸੰਗੀਤਾ ਹੁੰਦੀ ਸੀ ਮੈਂ ਰਾਤ ਰੋ ਰੋ ਕੇ ਕੱਟਦੀ ਸੀ ਇੱਕ ਦਿਨ ਮੈਂ ਹਰਜੋਤ ਨੂੰ ਕਹਿ ਦਿੱਤਾ ਮੈਂ ਤੁਹਾਡੀ ਪਤਨੀ ਆ ਸੰਗੀਤਾ ਨਾਲ ਇਨਾ ਮੇਲ-ਜੋਲ ਤੁਹਾਡੇ ਲਈ ਚੰਗਾ ਨਹੀਂ ਐ ਉਸ ਫਿਰ ਕੀ ਸੀ ਹਰਜੋਤ ਅੱਗ ਬਬੂਲਾ ਹੋ ਗਿਆ ਸ਼ਰਾਬ ਤਾਂ ਹਰ ਵੇਲੇ ਪੀ ਕੇ ਰੱਖਦਾ ਸੀ ਕਹਿੰਦਾ ਤੂੰ ਜੋ ਮਰਜ਼ੀ ਕਰ ਲੈ ਮੈਂ ਤਾਂ ਐਸੀ ਤਰ੍ਹਾਂ ਕਰਾਂਗਾ ਸੰਗੀਤਾ ਮੇਰੀ ਸਹੇਲੀ ਐ ਮੈਂ ਉਸ ਨਾਲ ਹੀ ਰਹਾਂਗਾ ਤੂੰ ਕਿਉਂ ਛੜਦੀ ਐ ਚੁੱਪ ਕਰਕੇ ਰਹੀ ਜਾ ਤੈਨੂੰ ਕਿਸ ਚੀਜ਼ ਦੀ ਕਮੀ ਐ ਸਭ ਕੁਝ ਤਾਂ ਤੈਨੂੰ ਲਿਆ ਕੇ ਦੇਣਾ ਫਿਰ ਹਰਜੋਤ ਨੇ ਪਤਾ ਨਹੀਂ ਮੈਨੂੰ ਕੀ ਕੀ ਗਾਲਾਂ ਕੱਢੀਆਂ ਸੀ ਗੁੱਸੇ ਚ ਆ ਕੇ ਉਹਨੇ ਮੇਰੇ ਤੇ ਹਾਥੀ ਚੁੱਕ ਲਿਆ ਸੀ ਕਹਿੰਦਾ ਕਿ ਤੂੰ ਮੇਰੇ ਤੇ ਸੰਗੀਤਾ ਵਿਚਕਾਰ ਨਹੀਂ ਆਉਣਾ ਜਿਹੜਾ ਵੀ ਸਾਡੇ ਵਿਚਕਾਰ ਆਏਗਾ ਮੈਂ ਉਹਨੂੰ ਮਾਰ ਦੇਵਾਂਗਾ ਪਤਾ ਨਹੀਂ ਸੰਗੀਤਾ ਨੇ ਉਹਦੇ ਸਿਰ 'ਚ ਕੀ ਪਾਇਆ ਹੋਇਆ ਸੀ ਮੈਂ ਬਹੁਤ ਡਰ ਗਈ ਸੀ ਦਿਲ ਕਰਦਾ ਸੀ ਕਿ ਘਰ ਛੱਡ ਕੇ ਭੱਜ ਜਾਵਾਂ ਹਰਜੋਤ ਨੇ ਮੈਨੂੰ ਬਹੁਤ ਜ਼ਲੀਲ ਕੀਤਾ ਸੀ ਮੈਂ ਨਿੰਮੋ ਦੀ ਕਹਾਣੀ ਪੜਦੀ ਪੜਦੀ ਰੋ ਰਹੀ ਸਾਂ ਵਿਚਾਰੀ ਦੀ ਕਿਸਮਤ ਕਿੰਨੀ ਖਰਾਬ ਸੀ ਕਿਵੇਂ ਸਭ ਕੁਝ ਸਹਿ ਰਹੀ ਸੀ ਰੋਂਦੀ ਰੋਂਦੀ ਕਾਪੀ ਬੰਦ ਕਰ ਦਿੰਨੀ ਆ ਹੁਣ ਅੱਗੇ ਪੜਨ ਦੀ ਹਿੰਮਤ ਨਹੀਂ ਸੀ ਮੇਰਾ ਦਿਲ ਵੀ ਟੁੱਟ ਗਿਆ ਸੀ ਰੋ ਸੋਚ ਰਹੀ ਸਾਂ ਅੱਗੇ ਪਤਾ ਨਹੀਂ ਕੀ ਹੋਇਆ ਹੋਏਗਾ ਕਿ ਨਿੰਮੋ ਪਾਗਲ ਹੋ ਗਈ ਸੀ ਅੱਖਾਂ 'ਚੋਂ ਨੀਂਦ ਉੱਡ ਗਈ ਸੀ ਸਾਰੀ ਰਾਤ ਸੋਚਾਂ ਚ ਲੰਘ ਗਈ ਸੀ ਮੇਰਾ ਅੰਦਰ ਹਿੱਲ ਗਿਆ ਸੀ ਧੰਨਵਾਦ ਚਲ